ਦੋਸਤੋ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਪਾਣੀ ਦਾ ਪੱਧਰ ਲਗਾਤਾਰ ਠੇਹਾਂ ਜਾ ਰਿਹਾ ਸਿੱਧੇ ਤੌਰ ਤੇ ਇਸ ਦੇ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਜਾਂਦਾ ਹੈ ਜਿਸ ਪਾਣੀ ਦੀ ਅਸੀਂ ਗੱਲ ਕਰ ਰਹੇ ਹਾਂ ਪਾਣੀ ਦੀ ਲਗਾਤਾਰ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ ਕਿ ਸਿੱਧੇ ਤੌਰ ਤੇ ਇਲਜ਼ਾਮ ਇਹ ਲਗਾ ਦਿੱਤੇ ਜਾਂਦੇ ਨੇ ਕਿ ਕਿਸਾਨ ਜਿਹੜਾ ਫਸਲੀ ਚੱਕਰ ਦੇ ਵਿੱਚ ਫਸਿਆ ਝੋਨਾ ਕਣਕ ਕਣਕ ਤੇ ਝੋਨਾ ਝੋਨੇ ਦੀ ਫਸਲ ਜਿਹੜੀ ਹੈ ਸਭ ਤੋਂ ਵੱਧ ਜਿਹੜਾ ਪਾਣੀ ਸੋਕਦੀ ਹੈ ਇਸ ਕਰਕੇ ਸਿੱਧੇ ਤੌਰ ਤੇ ਕਿਸਾਨਾਂ ਤੇ ਇਲਜ਼ਾਮ ਲਗਾ ਦਿੱਤੇ ਜਾਂਦੇ ਨੇ ਕਿ ਕਿਸਾਨ ਕਰਕੇ ਜਿਹੜਾ ਪੰਜਾਬ ਦੇ ਪਾਣੀ ਦਾ ਪੱਧਰ ਆ ਹੀਠਾਂ ਜਾ ਰਿਹਾ ਅੱਜ ਕਿਸਾਨਾਂ ਦੇ ਨਾਲ ਗੱਲ ਕਰਾਂਗੇ ਕਿਸਾਨਾਂ ਦੇ ਨਾਲ ਇਹ ਵਿਚਾਰਾਂ ਸੁਣਾਗੇ ਉਹਨਾਂ ਦੀਆਂ ਕਿ ਉਹਨਾਂ ਦਾ ਕੀ ਕਹਿਣਾ ਹੈ ਕਿ ਉਹ ਫਸਲੀ ਚੱਕਰ ਚੋਂ ਬਾਹਰ ਨਿਕਲਣਾ ਚਾਹੁੰਦੇ ਨੇ ਜਾਂ ਨਹੀਂ ਚਾਹੁੰਦੇ ਜੇ ਚਾਹੁੰਦੇ ਨੇ ਤਾਂ ਕੀ ਸਰਕਾਰ ਤੋਂ ਉਹਨਾਂ ਦੀਆਂ ਮੰਗਾਂ ਨੇ ਜੇ ਨਹੀਂ ਚਾਹੁੰਦੇ ਤਾਂ ਕਿਉਂ ਨਹੀਂ ਚਾਹੁੰਦੇ ਅੱਜ ਅਸੀਂ ਫਤਿਹਗੜ੍ਹ ਸਾਹਿਬ ਦੇ ਪਿੰਡ ਪਲਮਾਜੜਾ ਦੇ ਵਿੱਚ ਪਹੁੰਚੇ ਹੋਏ ਆ ਇੱਥੇ ਕਿਸਾਨ ਆਗੂ ਤੇ ਕਿਸਾਨ ਵੀਰ ਸਾਡੇ ਨਾਲ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਕਿ ਇਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਹਰਨੇਕ ਸਿੰਘ ਪਲਮਾਜੜਾ ਬੀਕੇ ਜੂ ਜਕੌਂਡਾ ਜਥੇਬੰਦੀ ਦਾ ਪ੍ਰਧਾਨ ਫਤਿਹਗੜ੍ਹ ਸਾਹਿਬ ਦਾ ਕਿਸਾਨ ਜੀ ਅੱਜ ਅਸੀਂ ਗੱਲ ਕਰੀ ਕਿ ਕਿਸਾਨ ਦੀ ਹਾਲਾਤ ਜਿਹੜੇ ਨੇ ਇਸ ਵਕਤ ਕਿਹੋ ਜਿਹੇ ਨੇ ਤੇ ਸਰਕਾਰਾਂ ਵੀ ਅਕਸਰ ਗੱਲ ਕਰਦੀਆਂ ਨੇ ਕਿ ਕਿਸਾਨ ਖੇਤੀ ਚੱਕਰ ਚੋਂ ਨਿਕਲੇ ਜਿਹੜੇ ਪੰਜਾਬ ਦੇ ਚਿੰਤਕ ਨੇ ਬੁੱਧੀਜੀਵੀ ਨੇ ਉਹ ਵੀ ਕਹਿੰਦੇ ਨੇ ਕਿ ਜੇ ਪਾਣੀ ਨੂੰ ਬਚਾਉਣਾ ਤਾਂ ਕਿਸਾਨ ਨੂੰ ਫਸਲੀ ਚੱਕਰ ਚੋਂ ਨਿਕਲਣਾ ਪੈਣਾ ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਕਿ ਕਿਸਾਨ ਫਸਲੀ ਚੱਕਰ ਚੋਂ ਨਿਕਲਣਾ ਚਾਹੁੰਦਾ ਜਾਂ ਨਹੀਂ ਚਾਹੁੰਦਾ ਕਿਸਾਨ ਫਸਲੀ ਚੱਕਰ ਚੋਂ ਨਿਕਲਣਾ ਚਾਹੁੰਦਾ ਹੈ ਪਰ ਸਰਕਾਰਾਂ ਚਾਹੁੰਦੀਆਂ ਨੇ ਇਹ ਫਸਲੀ ਚੱਕਰ ਚੋਂ ਕੱਢਣਾ ਕਿਉਂਕਿ ਅਸੀਂ ਸਾਰੀਆਂ ਫਸਲਾਂ ਬੀਜ ਕੇ ਦੇਖ ਲਿਆ ਬਦਲ ਕੇ ਦੇਖ ਲਿਆ ਕਿਸੇ ਫਸਲ ਦਾ ਰੇਟ ਨਹੀਂ ਮਿਲਦਾ ਹੈ ਕਿਸਾਨ ਨੂੰ ਜੇ ਕੋਈ ਵਿਕ ਵੀ ਜਾਂਦੀ ਤਾਂ ਉਹ ਪੈਸੇ ਨਹੀਂ ਮਿਲਦੇ ਹਨ ਹਾਲੂ ਦੇ ਵੇਚੇ ਨੇ ਤਾਂ 2-3 ਲੱਖ ਰੁਪਏ ਲੋਕਾਂ ਦਾ ਬਾਰੀਆਂ ਕੰਨੇ ਫਸਿਆ ਫਿਰਦਾ 5-6 ਲੱਖ ਤੇ ਫਸਿਆ ਫਿਰਦਾ ਕਿਤੇ ਕਿਤੇ ਟਮਾ ਟਮੇ ਲੋਕਾਂ ਦਾ ਇਸ ਕਰਕੇ ਸਾਨੂੰ ਮੁੜ ਕੇ ਆ ਕੇ ਮਜਬੂਰੀ ਵਸ ਛੋਣਾ ਬੀਜਣਾ ਪੈਂਦਾ ਲਾ ਕੇ ਜਟਦਾ ਕੋਈ ਸ਼ੌਂਕ ਹੈ ਛੋਣਾ ਬੀਜਣਾ ਜਿੱਥੇ ਆ ਗਈ ਪਾਣੀ ਦੀ ਗੱਲ ਪਾਣੀ ਦਾ ਜਿਹੜੀਆਂ ਫੈਕਟਰੀਆਂ ਪੰਜਾਬ ਦੇ ਵਿੱਚ ਲੱਗੀਆਂ ਮੈਨੇ ਕੋਈ ਕੋਕੋਲੇ ਦੀ ਲੱਗੀ ਵੀ ਆ ਕੋਈ ਦੋਧਣਾਂ ਦੇ ਵਿੱਚ ਰੰਗ ਰੰਗਾਈ ਲੱਗੀਆਂ ਜਿਹਨਾਂ ਦਾ ਕੋਈ ਇੰਨਾ ਖਾਸ ਕੰਮ ਨਹੀਂ ਹੈ ਉਹ ਇੰਨਾ ਪਾਣੀ ਬੇਸਟ ਕਰਦੇ ਆ ਵੀ ਸਰਕਾਰ ਉਹਨਾਂ ਕਿ ਨਹੀਂ ਦੇਖਦੀ ਉਹ ਹਲਕਾ ਜਾਂਦਾ ਉਹਨਾਂ ਅੰਦਰੋਂ ਦੀ ਤੋਹਫੇ ਲੈਂਦੀ ਆ ਕੁਝ ਵੀ ਕਰਦੀ ਆ ਪਰ ਉਹਨਾਂ ਕਿ ਸਰਕਾਰ ਦਾ ਕੋਈ ਧਿਆਨ ਨਹੀਂ ਫਿਰ ਕਿਸਾਨ ਨੂੰ ਇਹ ਕਹਿੰਦੇ ਨੇ ਵੀ ਇਹਨੇ ਪਾਣੀ ਖਤਮ ਕਰਤਾ ਅਗਲੀ ਗੱਲ ਪਾਣੀ ਬਚਾਉਣ ਦਾ ਢੰਗਾ ਹੋਰ ਵਧੀਆ ਜੇ ਸਰਕਾਰ ਕਿਸਾਨ ਨੂੰ ਉਹਦਾ ਬਣਦਾ ਮੁੱਲ ਦੇ ਦਿੰਦੀ ਆ ਕਿ ਕਣਕ ਦਾ ਝੋਨੇ ਦਾ ਤਾਂ ਕਣਕ ਦੇ ਮੁੱਲ ਨਾਲ ਇਹਦਾ ਸੜ ਸਕਦਾ ਝੋਨਾ ਇਹ ਬੀਜਦਾ ਹੀ ਨਹੀਂ ਨਾ ਪਰਡੂਸ਼ਨ ਹੋਵੇ ਨਾ ਹੀ ਪਾਣੀ ਥੱਲੇ ਜਾਵੇ ਕਣਕ ਦੇ ਕੱਲੀ ਪਿੱਛੇ ਸਵਾ ਲੱਖ ਰੁਪਇਆ ਇਹਨੂੰ ਘਾਟਾ ਪੈਂਦਾ ਇੱਕ ਕਿਲੇ ਪਿੱਛੇ ਇੱਕ ਸਾਲ ਦਾ ਕਣਕ ਦਾ ਇੱਕ ਸਾਲ ਦਾ ਇੱਕ ਕਿਲੇ ਪਿੱਛੇ ਸਵਾ ਲੱਖ ਰੁਪਇਆ ਘਾਟਾ ਪੈਂਦਾ ਜੋ ਇਹਦੀ ਪਰਪਾਈਏ ਪੂਰੀ ਕਰਦੀ ਹੈ ਲੱਖ ਤਾਂ ਜੀਰੀ ਹੁੰਦੀ ਨਹੀਂ ਕਿਸਾਨ ਕਾਹਨੂੰ ਜੀਰੀ ਲਾਊਗਾ ਕਾਹਨੂੰ ਪਾਣੀ ਥੱਲੇ ਜਾਊਗਾ ਕਾਹਨੂੰ ਪ੍ਰਡੂਸ਼ਨ ਹੋਊਗਾ ਜੇ ਕੋਈ ਤੇ ਬਾਦ ਲਾਉਂਦਾ ਉਹ ਤੋਂ ਬਿਸ਼ੱਕ ਸਰਕਾਰ ਆਪਣੀ ਜੋ ਮਰਜ਼ੀ ਕਰੇ ਜੁਰਮਾਨਾ ਕਰ ਜਾਏ ਅੰਦਰ ਕਰੇ ਕੋਈ ਕੁਝ ਕਰ ਦੇ ਉਹਦੀ ਕੋਈ ਮਤਲਬ ਜਰਜ਼ਬੰਦੀ ਜਾਂ ਕੋਈ ਆਮ ਲੋਕ ਹਮਾਇਤ ਨਹੀਂ ਕਰਦੇ ਹਨ ਉਹਦੀ ਆਪਣੀ ਮਰਜ਼ੀ ਹੋਊ ਕਿਸਾਨ ਦੀ ਦੇ ਹੱਕ ਦੇ ਵਿੱਚ ਸਰਕਾਰ ਨਹੀਂ ਵੱਡੀ ਤਰਾਸਦੀ ਆ ਕੀ ਨਾਮ ਦੀ ਤੁਹਾਡਾ ਗਰਮੇਲ ਸਿੰਘ ਜੀ ਜਮੇਲ ਜੀ ਕਿੱਦਾਂ ਦੇਖਦੇ ਹੋ ਸਰਕਾਰ ਕਹਿੰਦੀ ਆ ਵੀ ਅਸੀਂ ਚਾਹੁੰਦੇ ਆ ਕਿ ਕਿਸਾਨ ਫਸਲੀ ਚੱਕਰ ਚੋਂ ਨਿਕਲੇ ਤੇ ਬਾਅਦ ਵਿੱਚ ਕਿਸਾਨ ਵੀ ਨਿਕਲਣਾ ਚਾਹੁੰਦਾ ਫੇ ਮਸਲਾ ਕਿੱਥੇ ਅੜਿਆ ਹੋਇਆ ਤੁਹਾਡੇ ਥਾਪ ਮਸਲਾ ਤਾਂ ਇਹ ਰੇਟ ਨਹੀਂ ਮਿਲਦੇ ਜਿੱਕਣ ਅਸੀਂ ਆਲੂ ਬਹੁਤ ਚਾਹੋਗੇ ਆਲੂ ਲਾਏ ਤੇ ਗੰਨਾ ਲਾਉਨੇ ਆ ਉਹ ਉਹ ਉਹਦਾ ਵੀ ਰੇਟ ਨਹੀਂ ਆ ਦੇਖੋ ਹੁਣ ਇੱਥੇ ਬੰਨੇ ਤੇ ਦੇਖੋ ਤਿੰਨ ਚਾਰ ਕਿਲੋ ਮਿਰਚਾਂ ਦੇ ਬਾਅਦ ਤੇ ਸਬਜ਼ੀ ਦਾ ਰੇਟ ਕੋਈ ਨਹੀਂ ਉਹ ਪਿੱਛੇ ਰੋਣੇ ਪੈਂਦਾ ਜਿਹੜਾ ਮੰਡੀ ਮੰਡੀ ਕਰਨੀ ਜੇ ਮੰਡੀ ਕਰਨ ਹੋਵੇ ਅਸੀਂ ਤਾਂ ਜੀ ਦੀ ਦੋ ਹੱਥ ਬੰਨ ਕੇ ਕੁਲ ਮੰਡੀਕਰਨ ਦੀ ਵੱਡੀ ਸਮੱਸਿਆ ਆ ਜੇ ਮੰਡੀਕਰਨ ਸਰਕਾਰ ਵਧੀਆ ਤਰੀਕੇ ਨਾਲ ਕਰ ਦਵੇ ਤਾਂ ਕਿਸਾਨ ਨਹੀਂ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿਹੜਾ ਝੋਨੇ ਤੇ ਅਸੀਂ ਝੋਨੇ ਦੀ ਜਦੋਂ ਗੱਲ ਕਰਦੇ ਆ ਝੋਨੇ ਦੀ ਫਸਲ ਤੇ ਕਿਸਾਨ ਨੂੰ ਇਤਵਾਰ ਨਹੀਂ ਹੈਗਾ ਤੇ ਝੋਨੇ ਦੀ ਫਸਲ ਪੰਜਾਬ ਦੀ ਫਸਲ ਵੀ ਨਹੀਂ ਹੈਗੀ ਕਿਉਂ ਫੇ ਮਜਬੂਰੀ ਵਸ ਲਾਉਣਾ ਪੈਂਦਾ ਉਹ ਫੇ ਸਾਨੂੰ ਰੇਟ ਮਾੜਾ ਮੋਟਾ ਠੇਕਾ ਠੋਕਾ ਮੁਰਝ ਜਾਂਦਾ ਉਹ ਤੇ ਗੱਲ ਪੈਸੇ ਪਤਾ ਵੀ ਇੰਨੇ ਦੀ ਹੋ ਜਾਣੀ ਸਾਡਾ ਇੰਨਾ ਠੇਕਾ ਮੋੜਦਾਂਗੇ ਇੰਨਾ ਕਿ ਸਾਡੇ ਪੱਲੇ ਪੈ ਜੂ ਪੰਦਾ ਤਾਂ ਪੰਦਾ ਜਿਹੜਾ ਪੂਰਾ ਸੂਰਾ ਹੋ ਜਾਂਦਾ ਬਾਕੀ ਜਿਹੜੀਆਂ ਹੋਰ ਫਸਲਾਂ ਨੇ ਉਹਦੇ ਸਾਡੋ ਪੱਲੇ ਤੋਂ ਪੈ ਜਾਂਦਾ ਪਿੱਛੇ ਮੈਂ ਚਾਰ ਗੱਲੇ ਕਿੱਲੇ ਆਲੂਆਂ ਦੇ ਲਾਤੇ ਉਹ ਪੱਲੇ ਤੋਂ ਹੀ ਠੇਕਾ ਦੇਣਾ ਪਿਆ 2 ਰੁਪਏ ਵਿਕੇ ਨੇ ਆ ਪਿਆਜ ਪਿਆ ਗਠੇ ਵੀ 2 ਰੁਪਏ ਬਿਜੇ ਨੇ ਮੇਰੇ ਆਪ ਹੱਡ ਬੀਤੀ ਆ ਫੇਰ ਮੈਂ ਰੱਖ ਲੀਆਂ ਗਾਇਆਂ ਵੀ ਚਾ ਦੁੱਧ ਦਾ ਹੀ ਕੰਮ ਤੋਰੀਏ ਦੁੱਧ 20 ਰੁਪਏ ਵਿਕਦਾ 25 ਰੁਪਏ ਇਹਨਾਂ ਦੀ ਪਾਣੀ ਦੀ ਬੋਤਲ ਵਿਗਦੀ ਆ ਦੱਸੋ ਫੇਰ ਅਸੀਂ ਦੁੱਧ ਨਹੀਂ ਕਰ ਸਕਦੇ ਇਹ ਆਲੂ ਨਹੀਂ ਕਰ ਸਕਦੇ ਆਹ ਮਿਰਚਾਂ ਤੋਂ ਸੋਡੇ ਸਾਹਮਣੇ ਹੁਣ ਬਾਈਆਂ ਵੀ ਖਾਨ ਨੇ ਕਿੰਨੀ ਮਿੱਤ ਗੱਲ 6 ਰੁਪਏ ਵਿਕਦੀਆਂ ਨੇ 4 ਰੁਪਏ ਉਹਨਾਂ ਦੀ ਤੜਾਈ ਆ ਦੱਸੋ ਫੇਰ ਅਗਲਾ ਕਰੂ ਨਾ ਕੀ ਕਰੂ ਉਜੜੂਗਾ ਨਹੀਂ ਕਿਸਾਨਾਂ ਦੇ ਨਾਲ ਬਹੁਤ ਸਾਰੇ ਵਾਅਦੇ ਕਰਦੀਆਂ ਨੇ ਸਰਕਾਰਾਂ ਪਰ ਜਦੋਂ ਜ਼ਮੀਨੀ ਹਕੀਕਤ ਜਾਣਨ ਦੀ ਕੋਸ਼ਿਸ਼ ਕਰਦੇ ਆ ਤਾਂ ਇਹੀ ਸਾਹਮਣੇ ਆਉਂਦਾ ਕਿ ਸਰਕਾਰਾਂ ਕਹਿੰਦੀਆਂ ਤਾਂ ਹੈ ਕਿ ਕਿਸਾਨ ਫਸਲੀ ਚੱਕਰ ਚੋਂ ਨਿਕਲੇ ਪਰ ਕਿਸਾਨਾਂ ਨੂੰ ਕੱਢਣ ਦੀ ਕੋਈ ਜਿਹੜੀ ਕੋਸ਼ਿਸ਼ ਆ ਉਹ ਨਹੀਂ ਹੋ ਰਹੀ ਤੁਹਾਡੇ ਸਾਹਮਣੇ ਨਾਲ ਕੀ ਹੋਣਾ ਚਾਹੀਦਾ ਵੈਸੇ ਉਦਾਂ ਸਾਡੇ ਸਾਹਮਣੇ ਤਾਂ ਹੀ ਰੇਟ ਮਿਲੇ ਸਾਨੂੰ ਆਪਾਂ ਹੋਰ ਫਸਲਾਂ ਦਾ ਜਿੱਕਰ ਹੋਰ ਫਸਲਾਂ ਬਦਲਾਉਣ ਨੂੰ ਕਹਿੰਦੇ ਨੇ ਅਸੀਂ ਤਿਆਰ ਆ ਪਰ ਸਾਨੂੰ ਜੇ ਰੇਟ ਮਿਲ ਜਾਵੇ ਅਸੀਂ ਇਹਦੇ ਨਾਲੋਂ ਹੋਰ ਜ ਫਸਲਾਂ ਚ ਬਹੁਤ ਖਰਚ ਘਟਾ ਮਿਹਨਤ ਘਟਾ ਅਸੀਂ 4-4 ਲੱਖ ਦੇ ਟਰੈਕਟਰ ਤੋੜਦੇ ਆ ਗਾਰੇ ਚ ਘੁੰਮਦੇ ਨੇ ਕਿੰਨੇ ਵਧੀਆ ਕਿੰਨੀ ਮਸ਼ੀਨਰੀ ਸੰਭਾਲ ਹੁੰਦੀ ਆ ਉਹ ਤੋੜ ਦੇਣੀ ਸਾਨੂੰ ਕੀ ਲੋੜ ਆ ਵੀ ਰੇਟ ਮਿਲ ਜਵੇ ਸਾਨੂੰ ਬਿਲਕੁਲ ਰੇਟ ਮਿਲ ਜਵੇ ਕਿਸਾਨ ਕਿਸਾਨ ਖੇਤੀ ਚੱਕਰ ਚੋਂ ਜਿਹੜਾ ਖੇਤੀ ਚੱਕਰ ਦਾ ਬਣਿਆ ਹੋਇਆ ਵੀ ਕਣਕ ਕਣਕ ਝੋਨਾ ਉਹਦੇ ਵਿੱਚੋਂ ਨਿਕਲਣਾ ਚਾਹੁੰਦਾ ਕੀ ਨਾਮ ਜੀ ਤੁਹਾਡਾ ਬਲਦੇਵ ਸਿੰਘ ਨਾਮ ਹੈ ਕਿਦਾਂ ਦੇਖਦੇ ਜਨਾਬ ਲਗਾਤਾਰ ਸਰਕਾਰ ਕਹਿ ਰਹੀ ਆ ਵੀ ਕਿਸਾਨ ਫਸਲੀ ਚੱਕਰ ਚੋਂ ਨਿਕਲ ਲੈ ਇਹ ਇਲਜ਼ਾਮ ਲੱਗ ਰਹੇ ਨੇ ਕਿ ਕਿਸਾਨ ਜਿਹੜਾ ਝੋਨਾ ਲਾਉਂਦਾ ਉਹਦੇ ਕਰਕੇ ਪਾਣੀ ਦਾ ਪੱਧਰ ਵੀ ਹੀਠਾਂ ਜਾ ਰਿਹਾ ਪੰਜਾਬ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਕਾਲੇ ਦਿਨ ਹੋ ਜਾਣਗੇ ਕਿ ਜੇ ਇਸੇ ਤਰ੍ਹਾਂ ਪਾਣੀ ਘਟਦਾ ਰਿਹਾ ਕਿੱਦਾਂ ਦੇਖਦੇ ਸੀ ਅਸੀਂ ਤਰ੍ਹਾਂ ਕਹਿੰਦੇ ਜੇ ਦੂਜੇ ਜਿਹੜੇ ਫਸਲਾਂ ਨੇ ਮੱਕੀ ਜਿਵੇਂ ਹੋਰ ਚੀਜ਼ਾਂ ਦਾ ਐਮ ਐਸ ਸੀ ਫਿਕਸ ਕਰਨੀ ਚਾਹੀਦੀ ਇਹਨਾਂ ਨੂੰ ਕਿਸੇ ਵੀ ਬਿਨਾ ਉਹਦੇ ਐਮ ਐਸ ਸੀ ਦੇ ਬਗੈਰ ਉਹਨੇ ਮੱਕੀ ਰੁਲ ਰਹੀ ਹੈ ਸੂਰਜ ਮੱਕੀ ਰੁਲਦੀ ਆ ਉਹਦੀ ਐਮ ਐਸ ਸੀ ਵੀ ਸਹੀ ਹੋਵੇ ਤਾਂ ਬੰਦਾ ਹੋ ਸਕਦਾ ਵੀ ਜੀ ਮੱਕੀ ਕੰਜੀ ਦੀ ਕਣਕ ਬੀਜਦੀ ਹੀ ਨਹੀਂ ਜੇ ਆਪਾਂ ਨਹੀਂ ਫਿਕਸ ਕਰਦੇ ਐਮ ਐਸ ਸੀ ਉਹ ਰੁਲਦੀ ਹੈ ਇਸ ਮੱਕੀ ਹੁ ਹਾਲਾਂਕਿ ਉਹਦਾ ਦੂਜੀ ਕਾਨਕ 1500 1600 ਸੈਂਟਰਲ ਗਵਰਨਮੈਂਟ ਸਭ ਦਾ ਰੇਟ ਫਿਕਸ ਕਰੇ ਤਾਂ ਉਹਦਾ ਬਚਾਉ ਹੋਦਾ ਨਹੀਂ ਇਹਦੇ ਤੁਸੀਂ ਹੁਣ ਜਦੋਂ ਵੀ ਫਸਲਾਂ ਦੀ ਗੱਲ ਆਉਂਦੀ ਹੈ ਤੇ ਉੱਥੇ ਇੱਕ ਸਵਾਲ ਇੱਕ ਚੀਜ਼ ਫਿਰ ਸਾਹਮਣੇ ਆ ਜਾਂਦੀ ਹੈ ਕਿ ਤਨਾ ਕਿਤੇ ਕਿ ਜਿਹੜੇ ਐਮਐਸਪੀ ਤੈ ਨਹੀਂ ਕੀਤੇ ਜਾਂਦੇ ਤੇ ਸੁਆਮੀਨਾਥਨ ਰਿਪੋਰਟ ਜਿਹੜੀ ਹਲੇ ਤੱਕ ਲਾਗੂ ਨਹੀਂ ਕੀਤੀ ਗਈ ਉਹ ਬੜਾ ਵੱਡਾ ਸਵਾਲ ਹੈ ਕੇਂਦਰ ਸਰਕਾਰ ਵਾਦਾ ਕਰਕੇ ਆਈ ਸੀ ਸੱਤਾ ਦੇ ਵਿੱਚ ਵੀ ਅਸੀਂ ਸੁਆਮੀਨਾਥਨ ਰਿਪੋਰਟ ਲਾਗੂ ਕਰਾਂਗੇ 4 ਸਾਲ ਬੀਤ ਗਏ ਨੇ ਸੂਬਾ ਸਰਕਾਰ ਨੂੰ 8 ਸਾਲ ਹੋ ਗਿਆ ਕੋਈ ਪ੍ਰੈਸ਼ਰ ਨਹੀਂ ਪਾਇਆ ਜਾ ਰਿਹਾ ਕੋਈ ਜ਼ੋਰ ਨਹੀਂ ਪਾਇਆ ਜਾ ਰਿਹਾ ਕਿੱਦਾਂ ਦੇਖਦੇ ਸਰਕਾਰਾਂ ਦੇ ਇਸ ਰੁਪਈਏ ਸਰਕਾਰ ਤਾਂ ਹੁਣ ਸਭ ਇਹ ਸੈਂਟਰ ਗਵਰਨਮੈਂਟ ਦੇ ਉੱਪਰ ਡਿਪੈਂਡ ਨੇ ਜਿਵੇਂ ਰੇਟ ਕਿ ਫਿਕਸ ਕਰਨਾ ਜੇ ਸਰਕਾਰ ਸਟੇਟਾਂ ਨੂੰ ਅਧਿਕਾਰ ਦਿੱਤੇ ਜਾਣ ਤਾਂ ਫਿਰ ਉਹ ਆਪੇ ਜੋ ਪੰਜਾਬ ਦਾ ਫਿਕਸ ਕਰ ਸਕਦੇ ਨੇ ਜੇ ਸਟੇਟ ਕੋਲ ਅਧਿਕਾਰ ਨਹੀਂ ਕਿਸੇ ਚੀਜ਼ ਦੀ ਕੀਮਤ ਫਿਕਸ ਕਰਨ ਦਾ ਸਟੇਟ ਵੀ ਕੀ ਕਰ ਸਕਦੀ ਹੈ ਜੇ ਕਰਕੇ ਸੈਂਟਰਲ ਸਾਰਾ ਕੰਮ ਸੈਂਟਰ ਖਰਾਬ ਕਰ ਰਹੀ ਹੈ ਹਨ ਵੀ ਆ ਧਰੂ ਨਹੀਂ ਲੱਗਦਾ ਕਿ ਸੂਬਾ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਜ਼ੋਰ ਪਾਉਣਾ ਚਾਹੀਦਾ ਇਸ ਮੁੱਦੇ ਤੇ ਵੀ ਸੁਆਮੀਨਾਥਨ ਰਿਪੋਰਟ ਲਾਗੂ ਕਰਵਾਈ ਜਾਵੇ ਕਿਉਂਕਿ ਹੁਣ ਤਾਂ ਸੱਤਾ 'ਚ ਆਇਆ ਨੂੰ 1.5 ਸਾਲ ਤੋਂ ਜ਼ਿਆਦਾ ਹੋ ਗਿਆ ਤੇ ਉਧਰ 4 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਬੇਸ਼ੱਕ ਆਪੋਜ਼ਿਟ ਸਰਕਾਰਾਂ ਨੇ ਪਰ ਜ਼ੋਰ ਤਾਂ ਪਾਉਣਾ ਚਾਹੀਦਾ ਜ਼ੋਰ ਤਾਂ ਪਾਉਣਾ ਚਾਹੀਦਾ ਤੇ ਆਪ ਕਹਿੰਦੇ ਗਵਰਨਮੈਂਟ ਵੀ ਨਹੀਂ ਪਾਉਂਦੀ ਸੈਂਟਰ ਗਵਰਨਮੈਂਟ ਇਹ ਪੰਜਾਬ ਗਵਰਨਮੈਂਟ ਕਿਹੜਾ ਪਾਉਂਦੀ ਹੈ ਕੋਈ ਨਹੀਂ ਪਾਉਂਦੇ ਸਰਕਾਰ ਸਾਰੇ ਆਪ ਜੀ ਮੇਲੇ ਬੇਨੇ ਉਧਰ ਉਧਰ ਗੱਲਾਂ ਦੋਸਤੋ ਪੰਜਾਬ ਦੇ ਹਿਲਾਤਾਂ ਦੀ ਜਦੋਂ ਗੱਲ ਕਰਦੇ ਆ ਤਾਂ ਹਮੇਸ਼ਾ ਤਰਾਸਦੀ ਵਾਦੇ ਕਰਦੀਆਂ ਨੇ ਪਰ ਕਿਸਾਨ ਹਤਿਆਸ਼ੀ ਅਸਲ ਹਕੀਕਤ ਦੇ ਵਿੱਚ ਹਨ ਜਾਂ ਨਹੀਂ ਹਨ ਅਸੀਂ ਹਮੇਸ਼ਾ ਕਿਸਾਨਾਂ ਤੱਕ ਪਹੁੰਚ ਕੇ ਹਰੇਕ ਮੁੱਦੇ ਦੀ ਜ਼ਮੀਨੀ ਹਕੀਕਤ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿਸਾਨਾਂ ਦੇ ਵਿੱਚ ਵਿਚਰ ਰਹੇ ਹਾਂ ਕਿਸਾਨਾਂ ਤੋਂ ਪੁੱਛ ਰਹੇ ਹਾਂ ਕਿ ਕੀ ਉਹ ਫਸਲੀ ਚੱਕਰ ਤੋਂ ਨਿਕਲਣਾ ਚਾਹੁੰਦੇ ਨੇ ਕਿਉਂਕਿ ਸਰਕਾਰਾਂ ਦਾਅਵੇ ਕਰਦੀਆਂ ਨੇ ਇਹ ਵੀ ਕਹਿੰਦੀਆਂ ਨੇ ਵੀ ਸਾਡੇ ਵੱਲੋਂ ਵਿਕਲਪ ਜਾਂ ਬਦਲ ਉਹਨਾਂ ਦੇ ਪ੍ਰੋਵਾਈਡ ਕੀਤੇ ਜਾਂਦੇ ਨੇ ਦਿੱਤੇ ਜਾਂਦੇ ਨੇ ਪਰ ਫੇਰ ਵੀ ਕਿਸਾਨ ਜਿਹੜਾ ਹੈ ਉਹ ਕਿਤਨਾ ਕਿਤੇ ਤਿਆਰ ਨਹੀਂ ਹੈਗਾ ਕਿ ਫਸਲੀ ਚੱਕਰ ਤੋਂ ਨਿਕਲਿਆ ਜਾਵੇ ਕਿਸਾਨ ਸਾਡੇ ਨਾਲ ਮੌਜੂਦ ਨੇ ਇਹਨਾਂ ਤੋਂ ਪੁੱਛਦੇ ਇਹਨਾਂ ਦਾ ਇਸ ਵਾਰ ਕੀ ਕਹਿਣਾ ਕੀ ਨਾਮ ਕੀ ਤੁਹਾਡਾ ਮੇਰੇ ਜੀ ਮੇਰੇ ਜੀ ਕਿਦਾਂ ਦੇਖਦੇ ਹੋ ਸਰਕਾਰ ਕਹਿੰਦੀ ਵੀ ਕਿਸਾਨ ਫਸਲੀ ਚੱਕਰ ਚੋਂ ਨਿਕਲੇ ਤੁਹਾਡੇ ਹਿਸਾਬ ਨਾਲ ਲੱਗਦਾ ਕਿ ਕਿਸਾਨ ਸੱਚੀ ਕੱਢਣਾ ਚਾਹੁੰਦੇ ਚਾਹੁੰਦਾ ਜੀ ਪਰ ਸਰਕਾਰਾਂ ਨਹੀਂ ਕਹਿੰਦੇ ਚਾਹੁੰਦੇ ਆਏਂਗੇ ਸਵਾਮੀ ਨਾਸਨ ਰਿਪੋਰਟ ਦੇ ਜ਼ਿੰਮੇਵਾਰ ਦੋਨੀਆਂ ਸਰਕਾਰਾਂ ਨੇ ਪੰਜਾਬ ਗਵਰਨਮੈਂਟ ਵੀ ਕੇਂਦਰ ਸਰਕਾਰ ਵੀ ਤਾਂ ਅਲੋਕ ਇਲਾਕਾ ਕਿ ਕਿਸਾਨਾਂ ਦੇ ਹਾਲਾਤ ਕਿਹੋ ਜਿਹੇ ਨੇ ਅੱਜ ਜੇ ਅਸੀਂ ਗੱਲ ਕਰੀਏ ਲਾਹੇਵੰਦ ਹੈ ਕਿਸਾਨ ਨੂੰ ਕਿਸਾਨ ਨੂੰ ਕੋਈ ਲਾਹੇਵੰਦ ਨਹੀਂ ਹੋਏਗੀ ਕਿੰਨਾ ਕਿੰਨੀ ਮਿਹਨਤ ਕਿੰਨੀ ਜ਼ਿਆਦਾ ਆ ਕਿੰਨਾ ਮੁਨਾਫਾ ਕਿੰਨਾ ਹੁੰਦਾ ਖਰਚਾ ਜ਼ਿਆਦਾ ਆਉਂਦਾ ਫਸਲ ਤੇ ਮੁਨਾਫਾ ਘੱਟ ਹੁੰਦਾ ਜੇ ਰੇਟ ਮਿਲੇ ਫਿਰ ਮੁਨਾਫਾ ਵਧ ਜਾਊਗਾ ਤੁਹਾਡੀ ਸਾਬ ਦੇ ਨਾਲ ਸਰਕਾਰ ਨੂੰ ਕੀ ਕਰਨਾ ਚਾਹੀਦਾ ਤਾਂ ਜੋ ਜਿਹੜੇ ਕਿਸਾਨ ਆ ਉਹਦੀ ਕਿਸਾਨੀ ਆ ਉਹਨੂੰ ਲਾਹੇਵੰਦ ਬਣਾਇਆ ਜਾ ਸਕੇ ਕਿਸਾਨਾਂ ਬਾਤ ਤੇ ਮੰਡੀਕਰਨ ਕਰਨਾ ਚਾਹੀਦਾ ਨਹੀਂ ਬਸ ਹੋਰ ਕੀ ਮੰਡੀਕਰਨ ਹੋਣਾ ਚਾਹੀਦਾ ਤਾਂ ਜੋ ਫਸਲਾਂ ਦੇ ਰੇਟ ਸਹੀ ਮਿਲਣ ਹਾਂਜੀ ਹਾਂਜੀ ਕੀ ਨਾਮ ਜੀ ਤੁਹਾਡਾ ਕਰਨੈਲ ਸਿੰਘ ਜੀ ਬਾਬਾ ਜੀ ਕਿੱਦਾਂ ਦੇਖਦੇ ਆਂ ਸਰਕਾਰਾਂ ਦਾਅਵੇ ਕਰਦੀਆਂ ਵੀ ਅਸੀਂ ਕਿਤਾ ਕਿਸਾਨ ਹਤੈਸ਼ੀ ਹੈਗੀਆਂ ਤੇ ਨਾਲ ਦੀ ਨਾਲ ਇਹ ਵੀ ਗੱਲ ਕਹੀ ਜਾਂਦੀ ਵੀ ਕਿਸਾਨ ਨੂੰ ਅਸੀਂ ਫਸਲੀ ਚੱਕਰ ਚੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਲੱਗਦਾ ਵੀ ਕੋਸ਼ਿਸ਼ ਹੋ ਰਹੀ ਹੈ ਕਿਸਾਨ ਨੂੰ ਕੱਢਣ ਬਾਤ ਤੇ ਬੋਸ਼ ਕਰਦੇ ਨੇ ਪਰ ਕਰਦੇ ਕੁਝ ਨਹੀਂ ਹੈਗੇ ਪਰ ਜੇ ਪਤਾ ਇਹ ਸੋਚਦੇ ਆਂ ਵੀ ਜਿੰਨਾ ਰੇਟ ਜ਼ਮੀਨ ਦਾ ਫਸਲ ਦਾ ਪਹਿਲਾ ਹੁੰਦਾ ਹੈ ਉਹੀ ਸਾਲ ਪਰ ਉਹਨੂੰ ਉਹੀ ਰੇਟ ਰੱਖਣਾ ਚਾਹੀਦਾ ਹੈ ਜਦ ਕਿ ਜ਼ਮੀਨ ਜ਼ਿਮੀਂਦਾਰ ਕੋਲ ਜੋ ਰੇਟ ਹੁੰਦਾ ਦਾਤਰ ਪਏ ਤੇ ਆਪ 2 ਮਹੀਨੇ ਮਗਰੋਂ 40 ਰੁਪਏ ਕਰ ਦਿੱਤੇ 30 ਕਰ ਦਿੱਤੀ ਹੈ ਵੀ ਉਹਦਾ ਕੀ ਫਾਇਦਾ ਜਿਮੀਂਦਾਰਾਂ ਨੂੰ ਕੋਈ ਫਾਇਦਾ ਨਹੀਂ ਹੈਗਾ ਯਾਨੀ ਜੇ ਅਸੀਂ ਦੇਖਿਆ ਜਾਵੇ ਕਿਸਾਨੀ ਦੇ ਵਿੱਚ ਹੁਣ ਲਾਗਤ ਜ਼ਿਆਦਾ ਆ ਤੇ ਜਿਹੜੀ ਮਿਹਨਤ ਜ਼ਿਆਦਾ ਆ ਤੇ ਮੁੱਲ ਘੱਟ ਮਿਲ ਰਹੇ ਨੇ ਤੁਹਾਨੂੰ ਵੀ ਇਹੀ ਲੱਗਦਾ ਹਾਂਜੀ ਇਹੀ ਹੈ ਵੀ ਸਾਨੂੰ ਜ਼ਿਮੀਦਾਰ ਨੂੰ ਰੇਟ ਬਹੁਤ ਘੱਟ ਮਿਲਦਾ ਤੇ ਇਹ ਕਿਸਾਨੀ ਦੀ ਅਸੀਂ ਜਦੋਂ ਗੱਲ ਕਰਦੇ ਆਂ ਤੇ ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰਾਂ ਨੂੰ ਰੇਟ ਫਿਕਸ ਕਰ ਦੇਣੇ ਚਾਹੀਦੇ ਹਰੇਕ ਫਸਲ ਦੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਘਪਲਾ ਜਾਂ ਧੋਖਾ ਧੜੀ ਕਿਸਾਨਾਂ ਦੇ ਨਾਲ ਨਾ ਹੋਵੇ ਇਹੀ ਕੁਸ਼ਤਾ ਮੈਂ ਕਹਿ ਸਕਾਂ ਕਿ ਹਟਿਆ ਜੀ ਬੀਬੀ ਜਿਹੜਾ ਰੇਟ ਪਹਿਲਾਂ ਰੱਖਣਾ ਹੋਵੇ ਉਹ ਪਹਿਲਾਂ ਨਿਸ਼ਚਿਤ ਕਰਨਾ ਚਾਹੀਦਾ ਬਾਅਦ ਵਿੱਚ ਜੋ ਵਧਾ ਦਿੰਦੇ ਆ ਰੇਟ ਉਹ ਜ਼ਿਮੀਦਾਰ ਨੂੰ ਕਿਆ ਫਾਇਦਾ ਜ਼ਿਮੀਦਾਰ ਦਾ ਕੋਈ ਪਰਲੇ ਨਹੀਂ ਪੈਂਦਾ ਹੈਗਾ ਇਸ ਵਕਤ ਜੇ ਅਸੀਂ ਕਿਸਾਨੀ ਦੀ ਗੱਲ ਕਰੀਏ ਕਿਹੜੀਆਂ ਦਿੱਕਤਾਂ ਨੇ ਕਿਸਾਨਾਂ ਦੇ ਅੱਗੇ ਵੀ ਜਿਹੜੀਆਂ ਹਲੇ ਤੱਕ ਸਰਕਾਰਾਂ ਨੇ ਹੱਲ ਨਹੀਂ ਕੀਤੀਆਂ ਹੁਣ ਜ਼ਿਮੀਂਦਾਰਾਂ ਕੋਲ ਆਪਣਾ ਟਰੈਕਟਰ ਦਿੰਦੇ ਨੇ ਲੋਨ ਬਹੁਤ ਦੇ ਦਿੰਦੇ ਨੇ ਪਰ ਲੋਨ ਦਾ ਫਿਰ ਵਿਆਜ ਬਣਾ ਦਿੰਦੇ ਨੇ ਉਹ ਨਾ ਜ਼ਿਮੀਂਦਾਰ ਮੋੜ ਸਕਦਾ ਨਾ ਇੰਨੀ ਜਾਇਦਾਦ ਹੈ ਜ਼ਿਮੀਂਦਾਰ ਕੋਲ ਹੁਣ ਹੋਰ ਕਰੇ ਕੀ ਜਿੰਨਾ ਹੈ ਜ਼ਿਮੀਂਦਾਰ ਛੋਟਾ ਵੀ ਜ਼ਿਮੀਂਦਾਰ ਆਪਣੀ ਫਸਲ ਤਾਂ ਅਗਾਉਣੀ ਹੋਏ ਜਿਸ ਸਹਾਇਕ ਧੰਦਿਆਂ ਦੀ ਗੱਲ ਕਰੀਏ ਸਹਾਇਕ ਧੰਦੇ ਕਿੰਨੇ ਕਲਾਹੇਬੰਦ ਨੇ ਇਸ ਵਕਤ ਕਿਸਾਨਾਂ ਦੇ ਸਾਇਕਦੰਦਾ ਕੋਈ ਇਹ ਜਿਹਾ ਲੱਗਦਾ ਹੈ ਹੀ ਨਹੀਂ ਹੈ ਜੀ ਜ਼ਿੰਮੇਵਾਰ ਨੂੰ ਦਿੱਤਾ ਹੋ। ਹਾਂ ਜੀ। ਸੋ ਆਈਟੀ ਆ ਕੋਪੋਟਸ ਵੇਟੀ ਦਿੰਦੀ ਹੈ ਸਾਥ ਪਰ ਹੋਰ ਸਰਕਾਰ ਨਹੀਂ ਦਿੰਦੀ। ਕੀ ਨਾਮ ਜੀ ਤੁਹਾਡਾ? ਜਗਜੀਤ ਸਿੰਘ ਜੀ। ਕਿਦਾਂ ਦੇਖਦੇ ਆਂ ਸਰਕਾਰਾਂ ਕਹਿੰਦੀਆਂ ਕਿ ਕਿਸਾਨਾਂ ਨੂੰ ਫਸਲੀ ਚੱਕਰ ਚੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਆਂ। ਤੁਹਾਨੂੰ ਲੱਗਦਾ ਵੀ ਕੋਸ਼ਿਸ਼ ਜ਼ਮੀਨੀ ਪੱਧਰ ਤੇ ਹੋ ਰਹੀ ਹੈ? ਬਿਲਕੁਲ ਨਹੀਂ ਜੀ ਹੋ ਰਹੀ। ਕੋਈ ਕੋਸ਼ਿਸ਼ ਨਹੀਂ ਕਰ ਰਹੇ। ਹੁਣ ਦੇਖੋ ਅਸੀਂ ਝੋਨਾ ਲਾਉਣ ਦਾ ਸਾਨੂੰ ਕੀ ਲਾਭ ਆ? ਅਸੀਂ ਸਾਰੀ ਸਾਰੀ ਰਾਤ ਮੋਟਰਾਂ ਦੇ ਬੱਟਿਆਂ ਦੇ ਫਿਰਦੇ ਆਂ ਜੀ। ਸਭ ਕੁਝ ਲੜ ਸਕਦਾ ਸਾਰਾ ਕੁਝ ਲੜ ਸਕਦਾ ਕੁਝ ਵੀ ਹੋ ਸਕਦਾ ਸਭ ਬੱਚੇ ਛੱਡ ਕੇ ਜਾਂਦੇ ਆ ਕੇ ਕੋਈ ਪਿੱਛੇ ਲੁੱਟ ਲਵੇ ਤੁਹਾਡੇ ਸਾਹਮਣੇ ਹੀ ਹੋ ਰਿਹਾ ਲੁੱਟ ਟਾਈ ਦਾ ਹੋਈ ਰਿਹਾ ਇੱਥੇ ਅਸੀਂ ਜਾਈ ਦਾ ਮੋਟਰਾਂ ਦੇ ਕੋਈ ਰਾਸਤੇ ਸਾਨੂੰ ਹੀ ਮਾਰ ਸਕਦਾ ਇਹ ਕਹਦੇ ਚੋਨਾ ਨਾ ਲਾਓ ਚੋਨਾ ਲਾਈਏ ਫਿਰ ਕਰੀਏ ਕੀ ਦੱਸੋ ਦਾ ਹੀ ਝੋਨਾ ਉਦਾਂ ਵੀ ਕਿਹਾ ਜਾਂਦਾ ਕਿ ਪੰਜਾਬ ਦੀ ਫਸਲ ਨਹੀਂ ਆ ਪੰਜਾਬ ਦੇ ਵਿੱਚ ਕਿਉਂਕਿ ਬਹੁਤੇ ਪੰਜਾਬੀ ਜਿਹੜੇ ਨੇ ਉਹ ਅਨਾਜ ਕਣਕ ਤੇ ਨਿਰਪਰ ਕਰਦੇ ਨੇ ਝੋਨੇ ਤੇ ਨਿਰਪਰ ਨਹੀਂ ਕਰਦੇ ਤੁਹਾਨੂੰ ਨਹੀਂ ਲੱਗਦਾ ਕਿ ਇਹਦਾ ਬਦਲ ਲੱਭ ਲੈਣਾ ਚਾਹੀਦਾ ਸਰਕਾਰ ਨੂੰ ਸਰਕਾਰ ਜੀ ਲੱਭੋ ਕੋਈ ਤਾਂ ਇਹ ਜੇ ਕੋਈ ਹੋਰ ਫਸਲਾਂ ਦਾ ਰੇਟ ਦਬੇ ਇਹਦੇ ਬਗਾਇ ਸਾਨੂੰ ਝੋਨੇ ਨੂੰ ਐਂ ਲੱਗਦਾ ਜੀ ਥੋੜੀ ਜਾਨ ਸਿਕਾਲੀ ਹੋ ਜਾਊਗੀ ਨਹੀਂ ਹੁੰਦੀ ਪਰ ਉਹ ਕੰਮ ਤਾਂ ਓਕਣੇ ਚੱਲਿੰਦਾ ਰੋਟੀ ਪਾਣੀ ਚੱਲੀ ਜਾਂਦਾ ਖਾਈ ਜਾਂਦੇ ਆ ਅਸੀਂ ਆ ਬੈਠੇ ਆ ਪੁਲ ਤੇ ਹੋਰ ਕੀ ਕਰਨਾ ਜੀ ਇਹੀ ਕੰਮ ਸਹਾਇਕ ਧੰਦਿਆਂ ਦੇ ਵਿੱਚ ਕਿੰਨਾ ਕੁ ਲਾਹਾ ਕਿਸ ਕੋਈ ਲਾਭ ਲੂਭ ਕੋਈ ਨਹੀਂ ਜੀ ਰੇਟ ਦੇਣ ਸਾਰੇ ਹੀ ਲਾਭ ਨੇ ਰੇਟ ਦੇ ਦੰਦੇ ਨਹੀਂ ਜੱਟ ਤਾਂ ਰੋਲੇ ਰੋਲੇ ਅੱਜ ਵੀ ਮਰਿਆ ਕੱਲ ਵੀ ਮਰਿਆ ਜੇ ਇਹ ਗੱਲ ਕਰੀਏ ਤੁਹਾਡੇ ਹਿਸਾਬ ਦੇ ਨਾਲ ਤੁਹਾਨੂੰ ਤੁਸੀਂ ਵੀ ਚਾਹੁੰਦੇ ਆਂ ਵੀ ਖੇਤੀ ਚੱਕਰ ਚੋਂ ਨਿਕਲਣਾ ਚਾਹੁੰਦੇ ਆਂ ਪਰ ਸਰਕਾਰਾਂ ਨਹੀਂ ਕੋਸ਼ਿਸ਼ ਕਰਦੀ ਬਿਲਕੁਲ ਹੀ ਨਹੀਂ ਕਰਦੀਆਂ ਜੀ ਕੋਈ ਵੀ ਕੰਮ ਕਰਲਾ ਜੱਟ ਥੱਲੇ ਥੱਲੇ ਆ ਜੀ ਬਸ ਕੀ ਨਾਮ ਦੀ ਤੁਹਾਡਾ ਕਰਨਾਲ ਸਿੰਘ ਆ ਜੀ ਬਾਬਾ ਜੀ ਕਿੱਦਾਂ ਦੇਖਦੇ ਸਰਕਾਰ ਦੇ ਰਵੱਈਏ ਨੂੰ ਕਿਸਾਨਾਂ ਦੇ ਲਈ ਮਾੜੀ ਹਾਲ ਆ ਜੀ ਅਸੀਂ ਮੱਕੀ ਬੀਜੀਏ ਸਾਨੂੰ ਰੇਟ ਦਾ 15-18 ਰੁਪਏ 100 ਰੁਪਏ ਕਿਵਾਂਟਲ ਅਸੀਂ ਮੱਕੀ ਬੀਜੀਏ ਝੋਨੇ ਦੇ ਅਸੀਂ ਦਬੀਆਂ ਲੱਗੀਏ ਕੋਈ ਚੀਜ਼ ਦਾ ਰੇਟ ਨਹੀਂ ਮਿਲਦਾ ਹੈਗਾ ਬਿਲਕੁਲ ਆਲੂ ਲਾਉ ਉਹ ਨਹੀਂ ਮਿਲਦੇ ਹੈਗੇ ਜਮੀਨ ਦਾ ਜਿਵੇਂ ਜੀਰੀ ਦਾ ਕਲਕਤਾ ਰੇਟ ਹੈ ਉਹ ਕਨਫਿਕਸ ਰੇਟ ਬੰਨੇ ਦਾ ਅਸੀਂ ਝੋਨਾ ਛੱਡੂ ਤਿਆਰ ਅਸੀਂ ਤਾਂ ਆਪ ਆਪ ਦੁਖੀ ਹਾਂ ਝੋਨੇ ਤੇ ਹਾਂ ਝੋਨੇ ਤੇ ਤੁਹਾਨੂੰ ਵੀ ਲੱਗਦਾ ਕਿ ਮਿਹਨਤ ਜ਼ਿਆਦਾ ਆ ਮਿਹਨਤ ਜ਼ਿਆਦਾ ਝੋਨੇ ਦਾ ਮਨਿਆ ਘੱਮ ਹੋਇਆ ਬੜਾ ਜਿਵੇਂ ਆ ਸਦਾ ਰਾਤ ਨੂੰ ਕੋਈ ਬੰਦਿਆ ਸੱਪ ਵੀ ਲੜ ਸਕਦਾ ਸਭ ਕੁਝ ਹੋ ਸਕਦਾ ਰਾਤ ਨੂੰ ਨਿਆਣੇ ਵੀ ਦਾ ਦੇਖਣੇ ਆ ਕੇ ਤੇ ਬਿਜ ਹਾਂ ਬਿਜਲੀ ਵੀ ਘੱਟ ਵੱਧੇ ਆਉਂਦੀ ਆ ਹੁਣ ਅਸੀਂ ਆਪ ਸੱਡੂ ਤਿਆਰ ਆ ਪਰ ਸਾਨੂੰ ਫਿਕਸ ਰੇਟ ਮੱਕੀ ਦਾ ਤੇ 1500 ਰੁਪਏ ਆ ਵਿੱਚ ਹੋਰ ਫਸਲਾਂ ਹੁੰਦੇ ਨੇ ਜਿਵੇਂ ਦੋ ਬੰਨੀਆਂ ਵਿੱਚ ਫਸਲਾਂ ਮੱਕੀ ਜਿਆਦਾ ਦਾ ਬੰਨਿਆ ਜੀ ਦਾ ਕਣਕ ਦਾ ਮੱਕੀ ਮੱਕੀ ਬੀਜਾਂ ਨੂੰ 50 ਰੁਪਏ ਕਿਲੋ ਮਿਲਿਆ ਸਾਡੀ ਵਿਕਦੀ 8 ਰੁਪਏ ਕਿਲੋ ਜਾਂ ਬੀਜ ਲੈਣਾ 50 ਰੁਪਏ ਕਿਲੋ ਮਿਲਦਾ ਮੱਕੀ ਦਾ ਪਿੰਡਾਂ ਦੇ ਵਿੱਚ ਪਹੁੰਚ ਕੇ ਕਿਸਾਨਾਂ ਤੱਕ ਪਹੁੰਚ ਕਰਕੇ ਜ਼ਮੀਨੀ ਹਕੀਕਤ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਕਿ ਕਿਸਾਨ ਕੀ ਚਾਹੁੰਦਾ ਕਿਉਂਕਿ ਸਰਕਾਰਾਂ ਇਹ ਕਹਿ ਦਿੰਦੀਆਂ ਕਿ ਆਪਣੇ ਵੱਲੋਂ ਕਿ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਕਿਸਾਨ ਜਿਹੜੇ ਨੇ ਫਸਲੀ ਚੱਕਰ ਚੋਂ ਨਿਕਲ ਪਰ ਕਿਸਾਨ ਕੀ ਚਾਹੁੰਦੇ ਨੇ ਕਿਸਾਨ ਕੀ ਮੰਗ ਕਰਦੇ ਨੇ ਸਰਕਾਰ ਤੋਂ ਇਹਨਾਂ ਨੂੰ ਪੁੱਛਦੇ ਆ ਕੀ ਨਾਮ ਜੀ ਤੁਹਾਡਾ ਜਗਤਾਰ ਸਿੰਘ ਜੀ ਜੀ ਸਰਕਾਰ ਕਹਿੰਦੀ ਅਸੀਂ ਕਿਸਾਨਾਂ ਨੂੰ ਫਸਲੀ ਚੱਕਰ ਚੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਲੱਗਦਾ ਕੋਸ਼ਿਸ਼ ਹੋ ਰਹੀ ਹੈ ਨਹੀਂ ਜੀ ਬਿਲਕੁਲ ਕੋਸ਼ਿਸ਼ ਨੇ ਹੋ ਰਹੀ ਹੈ ਤੇ ਮਤਲਬ ਇਹਨਾਂ ਦਾ ਹਰ ਇੱਕ ਫਸਲ ਦਾ ਰੇਟ ਤੈਅ ਹੋਵੇ ਤੇ ਜੀਰੀ ਦਾ ਅਸੀਂ ਖੜਾ ਛੱਡਦੀਏ 24 ਘੰਟੇ ਅਸੀਂ ਖੇਤਾਂ 'ਚ ਮਾਰਦੇ ਆਂ ਜੀਰੀ ਪਿੱਛੇ ਸਿਰਫ ਜਿਹੜੇ ਦੂਜੀਆਂ ਫਸਲਾਂ ਨੇ ਉਹ ਅਸੀਂ ਇੱਕ ਵਾਰ ਲਾ ਕੇ ਸਾਨੂੰ ਮਤਲਬ 5-7 ਘੰਟੇ ਖੇਤ 'ਚ ਜਾਣ ਦੀ ਲੋੜ ਨਹੀਂ ਪੈਂਦੀ। ਉਦੋਂ ਬਾਅਦ ਅਸੀਂ ਢੇੜਾ ਮਾਰਨਾ ਜਾਂ ਢੇੜਾ ਮਾਰ ਕੇ ਆਈਏ ਜਿਹੜੀ ਜੀਰੀ ਆ ਜੀਰੀ ਸਾਨੂੰ 24 ਘੰਟੇ ਉੱਥੇ ਹਾਜ਼ਰ ਭਾਲਦੀਏ। ਯਾਨੀ ਕਿ ਤੁਸੀਂ ਨਿਕਲਣਾ ਚਾਹੁੰਦੇ ਆਂ ਫਸਲੀ ਚੱਕਰ 'ਚੋਂ ਪਰ ਸਰਕਾਰਾਂ ਦੀ ਨੀਅਤਾਂ ਹੈ ਨਹੀਂ। ਨਹੀਂ ਨਹੀਂ ਸਰਕਾਰਾਂ ਬਿਲਕੁਲ ਨਹੀਂ ਕੱਟਣਾ ਚਾਹੁੰਦੀਆਂ। ਉਹ ਕਹਿੰਦੀਆਂ ਨੇ ਵੀ ਇਹ ਕਿਸਾਨ ਨੇ ਜਿਹੜੇ ਇਹ ਇਦਾਂ ਹੀ ਮਤਲਬ ਉਲ ਜਾ ਰਹੇ ਝੰਝੜ ਦੇ ਵਿੱਚ ਮਤਲਬ ਵੀ ਇਹ ਕਹਿੰਦੇ ਨੇ ਵੀ ਜੇ ਕਿਸਾਨ ਮਤਲਬ ਸੌਖਾ ਹੋ ਗਿਆ ਤੇ ਫਿਰ ਸਾਨੂੰ ਕੀਨੇ ਪੁੱਛਣਾ ਕਿਤਨੇ ਕਿਤੇ ਸਰਕਾਰਾਂ ਦੀ ਨੀਅਤ ਤੇ ਸਵਾਲ ਆ ਕਿ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਕਿਸਾਨ ਸੌਖਾ ਹੋਵੇ ਸਿੱਧੇ ਤੌਰ ਤੇ ਆਪਾਂ ਇਹ ਕਹਿ ਲਈ ਵੀ ਕਿਸਾਨ ਨੂੰ ਸੌਖਾ ਨਹੀਂ ਕਰਨੀ ਸਹੀ ਗੱਲ ਆ ਜੀ ਬਿਲਕੁਲ ਨਹੀਂ ਚਾਹੁੰਦੀਆਂ ਇਹ ਸਰਕਾਰਾਂ ਜੇ ਅਸੀਂ ਗੱਲ ਕਰੀਏ ਫਸਲੀ ਚੱਕਰ ਚੋਂ ਨਿਕਲਦੀ ਕਿਹੜੀਆਂ ਕਿਹੜੀਆਂ ਫਸਲਾਂ ਤੁਹਾਡੇ ਹਿਸਾਬ ਦੇ ਨਾਲ ਜਿਹੜਾ ਕਿਸਾਨ ਬੀਜ ਸਕਦਾ ਤੇ ਉਹਨੂੰ ਮੁਨਾਫਾ ਹੋ ਸਕਦਾ ਮਨਾਫਾ ਤਾਂ ਦੇ ਕੋਈ ਤਕਰੀਬਨ ਦੇਖੋ ਤਹਿਤ ਰੇਟ ਤੈ ਤੇ ਆਈ ਰੇਟ ਸਹੀ ਉਹਨਾਂ ਦਾ ਮਤਲਬ ਪੂਰਾ ਜੋ ਕਿਸਾਨ ਨੂੰ ਮਨਾਫਾ ਹੋਵੇ ਉਹਦੇ ਵਿੱਚ ਉਹਨਾਂ ਰੇਟ ਤੈ ਕਰੇ ਤੈ ਰੇਟ ਤੈ ਹੋਵੇ ਉਸ ਹਿਸਾਬ ਨਾਲ ਕਿਸਾਨ ਅਗਲੀ ਫਸਲ ਲਾਵੇ ਇਹ ਕਣਕ ਦਾ ਤੇ ਜੀਰੀ ਦਾ ਇਹ ਤਾਂ ਖੜਾ ਛੱਡਿਆ ਹੀ ਮਤਲਬ ਇਹ ਰੇਟ ਦੂਜਿਆਂ ਦਾ ਅਸੀਂ ਪੈਦਾ ਕਰ ਲੈਨੇ ਆ ਮੱਕੀ ਮੱਕੀ ਦੇ ਲਾਉਂ ਜੀ ਮੱਕੀ ਪੈਦਾ ਕਰ ਲੈਨੇ ਆ ਜਾ ਕੇ ਕਣਕ ਆਹ ਮੱਕੀ ਅਸੀਂ ਮੰਡੀ ਵਿੱਚ ਠੇਰੀ ਕਰਦਾਨੇ ਉਹ ਸਾਡੇ ਹੱਥ ਨਹੀਂ ਰਹਿੰਦਾ ਉਹ ਰੇਟ ਮਤਲਬ ਪ੍ਰਾਈਵੇਟ ਏਜੰਸੀਆਂ ਦੇ ਹੱਥ ਰਹਿੰਦਾ ਉਹ ਉਹਨਾਂ ਦੀ ਮਰਜ਼ੀ ਆ ਜਿਹੜਾ ਰੇਟ ਇਹ ਵੀ ਇਹ ਵੀ ਤਰਾਸਦੀ ਆ ਕਿ ਪ੍ਰਾਈਵੇਟ ਪ੍ਰਾਈਵੇਟ ਜਿਹੜੀਆਂ ਏਜੰਸੀਆਂ ਉਹਨਾਂ ਦੇ ਥਰੂ ਹੀ ਸਾਰੀ ਖਰੀਦ ਕਰਵਾਈ ਜਾਂਦੀ ਹੈ ਤੇ ਉਹ ਆਪਣੀ ਮਨਮਰਜ਼ੀ ਦੇ ਰੇਟ ਲਾਉਂਦੀਆਂ ਨੇ ਇਹ ਵੀ ਬੜੀ ਮੁਸ਼ਕਲ ਆ ਕਿਸਾਨਾਂ ਨੂੰ ਕਿਉਂਕਿ ਫਿਰ ਜਦੋਂ ਫਸਲ ਪਹੁੰਚਦੀ ਹੈ ਮੰਡੀਆਂ ਦੇ ਵਿੱਚ ਉੱਥੇ ਕੋਈ ਨਾ ਕੋਈ ਬਹਾਨਾ ਪਾ ਦਿੱਤਾ ਜਾਂਦਾ ਕਿ ਸੈਲ ਜ਼ਿਆਦਾ ਆ ਜਾਂ ਦਾਣਾ ਛੋਟਾ ਆ ਇਹ ਕਈ ਚੀਜ਼ਾਂ ਕਹਿ ਦਿੱਤੀਆਂ ਜਾਂਦੀਆਂ ਜਾਂਦੀਆਂ ਜਿਹੜੀਆਂ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਖੜਦੀਆਂ ਤੇ ਉਹ ਆਪਣੀ ਮਰਜ਼ੀ ਨਾਲ ਫਿਰ ਫਸ ਕੀ ਨਾਮ ਕੀ ਤੁਹਾਡਾ ਅਮਰ ਸਿੰਘ ਹੈ ਜੀ ਅਮਰ ਜੀ ਕਿੱਦਾਂ ਦੇਖਦੇ ਤੁਸੀਂ ਸਰਕਾਰਾਂ ਦੇ ਰਵੱਈਏ ਨੂੰ ਕਿਸਾਨਾਂ ਪ੍ਰਤੀ ਇਹ ਤਾਂ ਇਹ ਦੇਖਦੇ ਆਂ ਵੀ ਸਰਕਾਰ ਦੀ ਨੀਚਰ ਖਰਾਬ ਹੈ ਜ਼ਿਮੀਦਾਰ ਨੂੰ ਉਹ ਬੋਝ ਜਿਹੜਾ ਦੱਬਣਾ ਚਾਹੁੰਦੀ ਹੈ ਜ਼ਿਮੀਦਾਰ ਨਹੀਂ ਉੱਠ ਰਿਹਾ ਮਹਿੰਗਾਈ ਦਾ ਮਾਰਿਆ ਵਾ ਜ਼ਿਮੀਦਾਰ ਜਿਹੜੀ ਵੀ ਫਸਲ ਲਾਉਂਦਾ ਹੈ ਉਹਦਾ ਰੇਟ ਨਹੀਂ ਮਿਲਦਾ ਵੀ ਹੋਰ ਲਾਵੇ ਵੀ ਕੀ ਸਬਜ਼ੀਆਂ ਲਾ ਕੇ ਦੇਖਣੀ ਉਹਦਾ ਰੇਟ ਨਹੀਂ ਮਿਲਦਾ ਮਿਰਚ ਲਾ ਕੇ ਦੇ ਲਈ ਉਹਦਾ ਮਿਲਦਾ ਕੰਨਾ ਲਾ ਕੇ ਦੇ ਲਾ ਉਹਦਾ ਹੀ ਮਿਲਦਾ ਮਿਲਣਾ ਕੋਈ ਪੈਸਾ ਹੀ ਨਹੀਂ ਦੇ ਰਹੀਆਂ ਜੋ ਹੋਰ ਵਸਲ ਲਾਉਨੇ ਆ ਕਹਿੰਦੇ ਜੀ ਪਾਣੀ ਮੁੱਕਦਾ ਹੈ ਪਾਣੀ ਬਿਨਾ ਜੋ ਹੋਰ ਬਾਲਮਾ ਡੇ ਹੁੰਦੀ ਨਹੀਂ ਹੈਗੀ ਜੀ ਕੁੱਲ ਮਿਲਾ ਕੇ ਦੇਖਿਆ ਜਾਵੇ ਦੋਹਾਂ ਪਾਸਿਓਂ ਫਸਿਆ ਲੱਗਦਾ ਕਿਸਾਨ ਜੇ ਇਸ ਫਸਲੀ ਚੱਕਰ ਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਆਰਥਿਕ ਸਥਿਤੀ ਮਾਰ ਲੈਂਦੀ ਹੈ ਜੇ ਫਸਲੀ ਚੱਕਰ ਚ ਰਹਿੰਦਾ ਆ ਤਾਂ ਹਾਲਾਤ ਮਾਰਦੇ ਨੇ ਪਾਣੀ ਦੀ ਦੋਸ਼ ਲੱਗਦੇ ਨੇ ਕਿ ਕਿਸਾਨ ਕਰਕੇ ਪਾਣੀ ਦੀ ਲਗਾਤਾਰ ਘਾਟ ਹੋ ਰਹੀ ਹੈ ਤੁਹਾਨੂੰ ਕੀ ਲੱਗਦਾ ਕਿਹੜੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਸਰਕਾਰ ਨੂੰ ਤਾਂ ਜੋ ਕਿਸਾਨੀ ਨੂੰ ਉੱਪਰ ਚੁੱਕਿਆ ਜਾ ਸਕੇ ਅਸੀਂ ਤਾਂ ਕਹਿੰਦੇ ਜੀ ਮਤਲਬ ਸਰਕਾਰ ਰੇਟ ਬੰਨੇ ਤਾਂ ਜਿਉ ਰੇਟ ਦੇ ਹਿਸਾਬ ਨਾਲ ਸਾਡਾ ਜੇ ਸਾਨੂੰ ਫਾਇਦਾ ਹੋਵੇ ਸੀ ਉਹ ਵੀ ਫਸਲ ਜੀਰੀ ਸਾਨੂੰ ਜ਼ਿਆਦਾ ਨਹੀਂ ਹੈਗੀ ਫਾਇਦਾ ਚ ਨਾ ਕੋਣ ਕਣਕ ਸਾਨੂੰ ਜ਼ਿਆਦਾ ਨਹੀਂ ਸੀ ਛੱਡਣ ਨੂੰ ਤਿਆਰ ਹਾਂ ਪਰ ਸਰਕਾਰ ਨਾਲਾ ਹੋਰ ਮੰਡੀਕਰਨ ਬੋਰਡ ਨਾਲ ਫਸਲ ਦਾ ਰੇਟ ਜੋੜੇ ਤਾਂ ਅਸੀਂ ਉਹ ਵੀ ਜੀ ਦਿੰਦੇ ਹਾਂ ਕਿਸਾਨਾਂ ਨੂੰ ਲੋੜ ਆ ਕਿ ਸਰਕਾਰ ਸਾਥ ਦੇਵੇ ਜਿਹੜੇ ਖੇਤੀਬਾੜੀ ਵਿਭਾਗ ਹੁੰਦੇ ਨੇ ਜਾਂ ਹੋਰ ਜਿਹੜੇ ਵਿਭਾਗ ਬਣਾਏ ਜਾਂਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਸਾਨਾਂ ਨੂੰ ਜੇ ਕਿਸੇ ਮੁਸ਼ਕਲ ਚ ਫਸਿਆ ਤਾਂ ਉਹਨਾਂ ਦਾ ਪੂਰਾ ਸਾਥ ਦੇਣ ਦੀ ਲੋੜ ਹੁੰਦੀ ਹੈ ਪਰ ਕਿਤੇ ਨਾ ਕਿਤੇ ਉਹ ਸਾਥ ਨਹੀਂ ਮਿਲ ਰਿਹਾ ਕਿਸਾਨਾਂ ਦਾ ਇਹ ਕਹਿਣਾ ਕੀ ਨਾਮ ਤੁਹਾਡਾ ਅਜੈਬ ਸਿੰਘ ਜੀ ਅਜੈਬ ਸਿੰਘ ਜੀ ਕਿਦਾਂ ਦੇਖਦੇ ਆਂ ਵੀ ਕਿਸਾਨ ਦੀ ਸਥਿਤੀ ਇਸ ਵਕਤ ਪੰਜਾਬ ਦੇ ਵਿੱਚ ਕਿਹੋ ਜੀ ਆ ਤੁਹਾਡੇ ਹਿਸਾਬ ਦੇ ਨਾਲ ਬਹੁਤ ਪੂਰੀ ਹਾਲਤ ਹੈ ਜੀ ਜ਼ਿੰਮੇਵਾਰਦੀ ਜੇ ਤਾਂ ਮਤਲਬ ਫਸਲ ਬੀਜਦੇ ਨੇ ਜੀ ਆਪਣੇ ਕੋਲ ਬਸਤੀ ਜੀ ਰਿਹਾ ਕਹਿੰਦੇ ਲਾ ਲਿਓ ਜਾਂ ਰੇਟ ਕਹਿੰਦੇ ਪਹਿਲਾਂ 4500 ਕਹਿੰਦੇ ਜਦ ਲਾ ਲਨੇ ਜੀ ਦੀ ਜਦੋਂ ਹੀ 2200 2100 ਰਹਿ ਜਾਂਦਾ ਜੀ ਇਹ ਦੇਖੋ ਇਹ ਮੱਕੀ ਦਾ ਜੇ ਮੱਕੀ ਗਨੇ ਦਾ ਸਾਡਾ 25 1500 ਦਾ ਰੇਟ ਹੋ ਗਿਆ 1600 ਦਾ ਹੋ ਗਿਆ ਸਾਨੂੰ 800 ਰੁਪਏ ਮਿਲਦੇ ਜੀ ਮੱਕੀ ਦਾ ਇਹ ਅਸ ਟਾਈਮ ਰੇਟ ਇਹ ਵੀ ਦੇਖਣ ਨੂੰ ਆਇਆ ਵੀ ਕਿਸਾਨ ਜਦੋਂ ਹੋਰ ਫਸਲਾਂ ਬੀਜ ਲੈਂਦਾ ਕਈ ਵੇਲੇ ਇਦਾਂ ਦੀ ਨੌਬਤ ਆ ਜਾਂਦੀ ਉਹਨੂੰ ਵਾਣੀ ਪੈ ਜਾਂਦੀ ਹੈ ਆਪਣੀ ਬੀਜੀ ਹੋਈ ਫਸਲ ਜਦੋਂ ਕਿਸਾਨ ਵਾਉਂਦਾ ਕਿੰਨਾ ਕਿੰਨਾ ਦੁੱਖ ਹੁੰਦਾ ਕਿੰਨਾ ਉਸ ਵਕਤ ਕਿਸਾਨ ਦੇ ਹਾਲਾਤਾਂ ਦੀ ਕਿਹੋ ਜਿਹੇ ਹਾਲਾਤ ਹੁੰਦੇ ਨੇ ਹਾਲਾਤ ਬਹੁਤ ਬੁਰੀ ਹਾਲਤਾਂ ਦੇ ਕੋਈ ਹੁਣ ਗੰਨਾ 2-2 ਕਿਲੇ 3-3 ਕਿਲੇ ਲੋ ਬਾਤੇ 4000 ਰੁਪਏ ਦੀ ਜ਼ਿੰਮੇਵਾਰਤਾ ਖਰਚਾ ਆ ਬਈ ਗੰਨਾ ਵਜਾਉਣ ਤੇ ਬੀਜ ਤੇ ਲੱਗਾ ਲੱਗ ਹੁਣ ਕੰਨਾ ਬਾਗੇ ਦੁਬਾਰੇ ਜੀ ਦੀ ਤੁਨਾ ਫੇਰ ਲੈ ਆ ਜੀ ਉੱਥੇ ਕਿਸਾਨਾਂ ਨੂੰ ਗੰਨੇਦਾਰ ਇਹ ਵੀ ਇਹ ਵੀ ਬੜੀ ਸਮੱਸਿਆ ਹੈ ਕਿ ਮਿਲਾਂ ਦੇ ਵਿੱਚ ਬਹੁਤ ਸਾਰਾ ਪੈਸਾ ਕਿਸਾਨਾਂ ਦਾ ਹਲੇ ਤੱਕ ਪਿਆ ਇੱਕ ਫਸਲ ਹੋ ਜਾਂਦੀ ਹੈ ਉਹ ਕਿਸਾਨ ਮੰਡੀਆਂ ਦੇ ਵਿੱਚੋਂ ਜਾਂ ਆਪਣੇ ਮਿਲਾਂ ਤੱਕ ਪਹੁੰਚਾ ਦਿੰਦਾ ਪਰ ਉਹਨਾਂ ਦੇ ਰੇਟ ਜਿਹੜੇ ਆ ਜਾਂ ਉਹਨਾਂ ਦਾ ਜਿਹੜੇ ਮੁੱਲ ਆ ਉਹ ਬਹੁਤ ਸਮੇਂ ਬਾਅਦ ਮਿਲਦਾ ਉਹਨਾਂ ਨੂੰ ਸਾਲ ਸਾਲ ਪੈਸੇ ਨਹੀਂ ਮਿਲਦੇ ਇਹ ਵੀ ਘਟਣਾ ਬਨੇ ਕਿਦਾਂ ਦੇਖਦੇ ਸਰਕਾਰ ਨੂੰ ਕਿਹੜੀ ਕੋਸ਼ਿਸ਼ ਕਰਨੀ ਚਾਹੀਦੀ ਤਾਂ ਜੋ ਕਿਸਾਨ ਜਿਹੜਾ ਕਿਸਾਨੀ ਜਿਹੜੀ ਆ ਉਹ ਉੱਪਰ ਚੱਕੀ ਜਾਵੇ ਸੈਂ ਦੇਖੋ ਜੇ ਤਾਂ ਫਸਲਾਂ ਰੀਟ ਚੰਗੀ ਬਣਨ ਜੀ ਹੁਣ ਜਿਵੇਂ ਮਿਰਚਾ ਮੱਕੀ ਐ ਇਹੀ ਮਾਰੂ ਫਸਲ ਲਈਏ ਹੁਣ ਇਹ ਰੀਤੀ ਚੀਜ਼ ਮਿਲਦੀ ਨਹੀਂ ਜਿਹੜੀ ਦੀ ਤਾਂ ਬਾਅਦੇ ਤੋਂ ਜਿਹੜੀ ਲਾਉਣੀ ਲਾਉਣੀ ਜੀ ਕਿ ਰੂਏ ਜੀ ਕਿ ਪੰਜ ਮੱਥਲੇ ਜਾਣਗੇ ਤਾਂ ਸਰਕਾਰ ਹੂੰ ਰੋਂਦੀ ਐ ਜੀ ਹੁਣ ਪਹਿਲਾਂ ਬਹੁਤ ਵੀ ਲੋਕ ਤਾਂ ਬੀਜਾ ਤੀ ਹੁਣ ਬਾਅਦੋਂ 30 20 ਤਰੀਕ ਆਤੀ ਜੀ ਕੀ ਕਰੂਗਾ ਬੰਦਾ ਇਹ ਦੋ ਦੋ ਮਹੀਨੇ ਹੋ ਗਏ ਬਹੁਤ ਬੀਜ ਜੀ ਨੂੰ ਤਾਂ ਬਹੁਤ ਪੱਕੜ ਹੋ ਗਈ ਬੇਕਾਰ ਹੋ ਗਈ ਹੁਣ ਨਵੇਂ ਛੇੜੇ ਬੰਦੇ ਬੀਜ ਕੇ ਕਦੋਂ ਜੀ ਦੀ ਲਾਊਗਾ ਜੀ ਅਵੀ ਬਾਅਦ ਵਿੱਚ ਮੰਡੀਆਂ ਦੇ ਵਿੱਚ ਜਦੋਂ ਕਿਸਾਨਾਂ ਨੇ ਲੈ ਕੇ ਜਾਣਾ ਉਦੋਂ ਉੱਥੇ ਕਹਿ ਦਣਾ ਵੀ ਸੈਲ ਜ਼ਿਆਦਾ ਆ ਤੇ ਮੁੱਲ ਫੇ ਆਪਣੀ ਮਰਜ਼ੀ ਨਾਲ ਤੈਅ ਹੋਣੇ ਕੀ ਨਾਮ ਦੀ ਤੁਹਾਡਾ ਜਸਵੰਤ ਸਿੰਘ ਜੀ ਜਸਵੰਤ ਜੀ ਕਿੱਦਾਂ ਦੇਖਦੇ ਤੁਹਾਨੂੰ ਲੱਗਦਾ ਕਿ ਕਿਸਾਨਾਂ ਦੀ ਮਦਦ ਦੇ ਲਈ ਜਿਹੜੀਆਂ ਫਸਲਾਂ ਦੇ ਮੰਡੀਕਰਨ ਵਧੀਆ ਤਰੀਕੇ ਨਾਲ ਹੋਣਾ ਚਾਹੀਦਾ ਤੇ ਨਾਲ ਦੀ ਨਾਲ ਗਵਾਂਢੀ ਸੂਬਿਆਂ ਨੂੰ ਵੀ ਜਿਹੜੇ 게ਟ ਆ ਖੋਲਣੇ ਚਾਹੀਦੇ ਤਾਂ ਜੋ ਜੇ ਕਿਸਾਨ ਦੀ ਫਸਲ ਇੱਧਰ ਨਹੀਂ ਵਿਕਦੀ ਤਾਂ ਉੱਧਰ ਵਿਕਦੀ ਹੈ ਤੇ ਜਿਹੜਾ ਮੰਡੀਕਰਨ ਹੈ ਜੀ ਮੰਡੀਕਰਨ ਪੰਜਾਬ ਚ ਤਾਂ ਚੱਲ ਬਹੁਤ ਸਹੀ ਹੈ ਪਰ ਰੇਟ ਨਹੀਂ ਸਹੀ ਮਿਲਦੇ ਹੈਗੇ ਫਸਲਾਂ ਦੇ ਨੇ ਜਿਹੜੇ ਇਸ ਤੋਂ ਆ ਪਾਲਾ ਜਾਨੀਆਂ 2 ਰੁਪਏ ਮਿਰਚ ਲੱਗਦੀ ਆ 3 ਰੁਪਏ ਦੀ ਤੜਾਈ ਆ ਜੀ ਇਹ ਬਹੁਤ ਹੋਇਆ ਜਬ ਮੰਡੀ ਚਲੇ ਜਾਂਦੇ ਆ ਪਹਿਲਾਂ 3 ਮਹੀਨੇ ਉਹ ਖੜਾਉਣੀ ਆ ਮਿਰਚ ਪਾਲ ਲੀਆਂ ਰੁਪਿਆ ਘਾਟਾ ਤੋ ਬੈਂਦਾ ਫਿਰ ਮੱਕੀ ਆ ਮੱਕੀ ਦਾ ਲਾ ਲੋ ਮੱਕੀ ਲਾਉਂਦਾ ਕਿਸਾਨ ਪਹਿਲਾਂ ਤਾਂ ਉਹਦੀ ਰਾਖੀ ਕਰਨੀ ਪੈਂਦੀ ਆ ਬਹੁਤ ਜਾਦੀ ਫਿਰ ਉਹਦਾ ਰੇਟ ਆ ਪਹਿਲਾਂ 12-1300 ਵਪਾਰੀਆ ਵਪਾਰੀ ਬਾਅਦ ਚ ਇਕੱਠੇ ਹੋ ਕੇ ਰਾਇ ਕਰ ਲੈਂਦੇ ਨੇ ਤੇ ਆਪਣੇ ਉਹ ਹੀ 8-900 ਰੁਪਏ ਕਹਿੰਦੇ ਲੈਣੀਆਂ ਸ਼ੈੱਲੇ ਚ ਆਇਆ ਕੋਸਾ ਹੁਣ ਇੱਥੇ ਮੱਕੀ ਲਾਈ ਦੀ ਮੁੰਡੇ ਨੇ ਨੰਬਰਦਾਰ ਨੇ ਸਾਡੇ ਪਿੰਡ ਉਹਨੂੰ 2 ਕਿੱਲਿਆਂ ਚ 2000 ਰੁਪਏ ਦੀ ਬਚਤ ਹੋਈ ਆ ਸਿਰਫ ਹਾਂ ਜੀ ਨੇ ਪਾਲੀ ਐ ਇੰਨਾ ਇੰਨਾ ਸਮਾਂ ਫਸਲ ਪਾਲਣੀ ਉਸ ਤੋਂ ਬਾਅਦ ਜਿਹੜੇ ਰੇਟ ਆ ਉਹ ਐਨੇ ਘੱਟ ਮਿਲਨੇ ਤਾਂ ਕਿਸਾਨੀ ਕਿਦਾਂ ਉੱਪਰ ਚੁੱਕੀ ਜਾ ਸਕੂਗੀ ਕਿਸਾਨਾਂ ਦੇ ਨਾਲ ਵਾਦੇ ਬਹੁਤ ਹੁੰਦੇ ਨੇ ਕਿਸਾਨਾਂ ਨੂੰ ਭਰੋਸੇ ਬੜੇ ਦਿੱਤੇ ਜਾਂਦੇ ਨੇ ਪਰ ਹਾਲਾਤ ਇਹ ਨੇ ਕਿ ਕਿਸਾਨ ਲਗਾਤਾਰ ਕਿਸਾਨੀ ਤੋਂ ਦੂਰ ਭੱਜਦਾ ਜਾ ਰਿਹਾ ਜੇ ਅਸੀਂ ਨੌਜਵਾਨਾਂ ਦੀ ਗੱਲ ਕਰ ਲਈ ਨੌਜਵਾਨ ਅੱਜ ਕੱਲ ਲਗਾਤਾਰ ਖੇਤੀ ਤੋਂ ਦੂਰ ਹੁੰਦੇ ਜਾ ਰਹੇ ਨੇ ਤੁਹਾਨੂੰ ਇਹੀ ਕਾਰਨ ਲੱਗਦਾ ਕਿ ਉਹਨਾਂ ਨੂੰ ਰੇਟ ਨਹੀਂ ਸਹੀ ਮਿਲਦੇ ਹਾਂ ਰੇਟ ਨਹੀਂ ਸਹੀ ਮਿਲਦੇ ਜੀ ਇੱਕ ਬਾਕੀ ਨੌਜਵਾਨ ਕਹਿੰਨਗੇ ਹੁਣ ਬਾਹਰ ਦੀ ਜ਼ੋਰ ਲੱਗੀ ਵੀ ਆ ਬਹੁਤ ਬਾਹਰ ਨੂੰ ਭੱਜ ਰਿਹਾ ਕਹਿੰਦੇ ਵੀ ਉਰੇ ਹਿੰਦੁਸਤਾਨ ਦੇ ਵਿੱਚ ਹੈ ਕੁਝ ਨਹੀਂ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਕਾਰਾ ਮਦਦ ਨਹੀਂ ਕਰ ਰਹੀਆਂ ਇਸ ਕਰਕੇ ਕਿਸਾਨ ਦਾ ਪੁੱਤ ਵੀ ਵਿਦੇਸ਼ਾਂ ਵੱਲ ਜਾਣ ਨੂੰ ਚਾਹ। ਵੱਲ ਨੂੰ ਜਾ ਰਿਹਾ ਜੀ ਸਾਰੀ ਭੱਜ ਰਹੇ ਨੇ ਮੁੰਡੇ। ਲਗਾਤਾਰ ਕੋਈ ਵੀ ਜਵਾਕ ਹੈ ਜਿਹੜਾ ਖੇਤੀ ਵੱਲ ਨੂੰ ਮੂੰਹ ਨਹੀਂ ਕਰ ਰਿਹਾ ਜੀ। ਬਿਲਕੁਲ ਹਾਲਾਤ ਇਹ ਨੇ ਕਿ ਹੁਣ ਖੇਤੀ ਵੱਲਾਂ ਕਿਸਾਨਾਂ ਦੇ ਪੁੱਤ ਜਿਹੜੇ ਨੇ ਉਹ ਖੇਤੀ ਨਹੀਂ ਕਰਨਾ ਚਾਹੁੰਦੇ ਵਿਦੇਸ਼ਾਂ ਵੱਲ ਜਾਣਾ ਚਾਹੁੰਦੇ ਨੇ ਤਰਾਸਦੀ ਹੈ ਸਾਡੇ ਸਮਾਜ ਦੀ ਜਿਹੜਾ ਖੇਤੀ ਪ੍ਰધાન ਸੂਬਾ ਸੀ ਅੱਜ ਉਹ ਖੇਤੀ ਤੋਂ ਮੁੱਖ ਮੋੜ ਕੇ ਵਿਦੇਸ਼ਾਂ ਦਾ ਰੁਖ ਕਰ ਰਿਹਾ ਤੇ ਸਰਕਾਰਾਂ ਸਿਰਫ ਦਾਅਵੇ ਕਰ ਰਹੀਆਂ ਨੇ ਸਿਰਫ ਕਿਸਾਨਾਂ ਦੇ ਨਾਲ ਵਾਅਦੇ ਕਰ ਰਹੀਆਂ ਨੇ ਕਿ ਅਸੀਂ ਕਿਸਾਨਾਂ ਦੀਆਂ ਹਮਾਇਤੀਆਂ ਹਤੈਸ਼ੀਆਂ ਪਰ ਜ਼ਮੀਨੀ ਹਕੀਕਤ ਜਿੰਨੀ ਵਾਰ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆਂ ਇਹੀ ਸਾਹਮਣੇ ਆਉਂਦਾ ਕਿ ਕਿਸਾਨ ਦੀ ਮਦਦ ਕਰਨ ਦੇ ਇਰਾਦੇ ਸਰਕਾਰ ਦੇ ਨਹੀਂ ਅਤੇ ਸਰਕਾਰ ਲਗਾਤਾਰ ਸਿਰਫ ਵਾਅਦੇ ਕਰ ਰਹੀਏ ਸਿਰਫ ਦਾਅਵੇ ਕਰ ਰਹੀਏ ਤੇ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਿਹਾ ਹੈ ਲਗਾਤਾਰ ਮੰਗ ਕਰ ਰਿਹਾ ਹੈ ਕਿ ਉਹਨਾਂ ਦੀਆਂ ਫਸਲਾਂ ਦੇ ਸਹੀ ਮੁੱਲ ਮਿਲ ਪਰ ਹਾਲਾਤ ਇਹ ਨੇ ਕਿ ਨਾ ਸਰਕਾਰਾਂ ਸੰਜੀਦਾ ਨੇ ਨਾ ਸੈਂਟਰ ਸਰਕਾਰਾਂ ਸੰਜੀਦਾ ਨੇ ਨਾ ਕੇਂਦਰ ਦੀਆਂ ਤੇ ਨਾ ਪੰਜਾਬ ਦੀਆਂ ਸਰਕਾਰਾਂ ਸੰਜੀਦਾ ਨੇ ਸਿਰਫ ਦਾਅਵੇ ਵਾਅਦੇ ਅਤੇ ਭਰੋਸੇ ਦਿੱਤੇ ਜਾ ਰਹੇ ਨੇ ਕਿਸਾਨਾਂ ਨੂੰ ਹੋਰ ਕੁਝ ਨਹੀਂ ਕੀਤਾ ਜਾ ਰਿਹਾ ਫਿਲਹਾਲ ਦੇਖਣਾ ਹੋਵੇਗਾ ਕਿ ਕਦੋਂ ਸਰਕਾਰਾਂ ਅਸਲ ਤੌਰ ਤੇ ਸੰਜੀਦਾ ਹੋਣਗੀਆਂ ਅਤੇ ਕਿਸਾਨਾਂ ਦੇ ਹੱਕ ਦੀ ਗੱਲ ਕਰਨਗੀਆਂ